ਤੋਂ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਚੈਨਲ ਫਿਲਮ ਵਾਰਤਾ ਦੇ ਜ਼ਰੀਏ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ, ਜਿਨ੍ਹਾਂ ਨੂੰ ਭਾਰਤ ਚੀਨ ਦੀ 1962 ਦੀ ਲੜਾਈ ਵਿੱਚ ਸ਼ਹੀਦੀ ਤੋਂ ਬਾਅਦ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ। ਹਾਂਜੀ ਦੋਸਤੋ, ਮੈਂ ਉਸੇ ਸੂਬੇਦਾਰ ਜੋਗਿੰਦਰ ਸਿੰਘ ਦੀ ਗੱਲ ਕਰ ਰਿਹਾ ਜਿਨ੍ਹਾਂ ਉੱਪਰ ਬਣੀ ਹੋਈ ਫਿਲਮ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਖਾਸ ਤੌਰ 'ਤੇ ਤੁਹਾਨੂੰ ਉਹਨਾਂ ਦੇ ਵਾਰਸਾਂ ਯਾਨੀ ਕਿ ਉਹਨਾਂ ਦੀ ਨੂੰਹ ਪੋਤੀ ਅਤੇ ਪੋਤੇ ਦੇ ਨਾਲ ਮਿਲਾਉਣ ਜਾ ਰਹੇ ਹਾਂ। ਜਾਣਦੇ ਹਾਂ ਉਹਨਾਂ ਨੂੰ ਮਿਲ ਕੇ ਕਿ ਉਹ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਰਹਿ ਰਹੇ ਹਨ। ਬੜੇ ਹੁੰਦੇ ਸ਼ਹੀਦਾਂ ਦੇ ਦੂਰ ਦਰਜੇ, ਸਾਰੇ ਜੱਗ ਤੋਂ ਵੱਖਰੀ ਅਖੀਰ ਹੋਵੇ, ਉਹੀ ਵਿੱਚ ਮੈਦਾਨ ਦੇ ਜੂਝਦੇ ਨੇ ਜਿਹਦੇ ਵੱਜਿਆ ਅਣਖ ਦਾ ਤੀਰ ਹੋਵੇ, ਉੱਥੇ ਜੰਮਦੇ ਪੁੱਤ ਦਲੇਰ ਯੋਧੇ, ਜਿਹੜੀਆਂ ਕੌਮਾਂ ਦੀ ਜਾਗਦੀ ਜ਼ਮੀਰ ਹੋਵੇ, ਉਹ ਕੀ ਰੁਤਬੇ ਸ਼ਹੀਦਾਂ ਦੇ ਜਾਣਦੇ ਨੇ, ਜਿਨ੍ਹਾਂ ਵਿਹਲਿਆਂ ਖਾਧੀ ਖੀਰ ਹੋਵੇ, ਉਹੀ ਰੁਤਬੇ ਸ਼ਹੀਦਾਂ ਦੇ ਜਾਣਦੇ ਨੇ, ਜਿਹਦਾ ਪੁੱਤ ਸੁਹਾਗ ਜਾਂ ਵੀਰ ਹੋਵੇ, ਉਹ ਬੰਨੇ ਰੱਖੜੀ ਪੱਥਰ ਦੇ ਬੁੱਤੇ ਉੱਤੇ ਜਿਹਦਾ ਅੰਬਰ ਦਾ ਤਾਰਾ ਵੀਰ ਹੋਵੇ, ਔਲਖਾਂ ਵਾਲਿਆਂ ਮਾਵਾਂ ਦੇ ਧੰਨ ਜੇਰੇ ਹੱਥ ਤਸਵੀਰ ਅਤੇ ਅੱਖਾਂ ਵਿੱਚ ਨੀਰ ਹੋਵੇ, ਹੱਥ ਤਸਵੀਰ ਅਤੇ ਅੱਖਾਂ ਵਿੱਚ ਨੀਰ ਹੋਵੇ। ਦੋਸਤੋ, ਅੱਜ ਆਪਾਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਜੀ ਹਰਬੰਸ ਕੌਰ, ਜੋ ਉਹਨਾਂ ਦੀ ਨੂੰਹ ਨੇ, ਔਰ ਉਹਨਾਂ ਦੇ ਜੋ ਬੇਟੇ 26 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ, ਔਰ ਅੱਜ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਸਾਡੇ ਨਾਲ ਹੈ ਜੀ। ਉਹਨਾਂ ਤੋਂ ਆਪਾਂ ਇਹਨਾਂ ਬਾਰੇ ਜਾਣਕਾਰੀ ਲਵਾਂਗੇ, ਗੱਲਬਾਤ ਕਰਾਂਗੇ ਸੂਬੇਦਾਰ ਜੋਗਿੰਦਰ ਸਿੰਘ ਬਾਰੇ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਇਸ ਵਕਤ ਤੁਸੀਂ ਰਹਿ ਰਹੇ ਹੋ ਜੀ ਆਲਮਵਾਲਾ ਦੇ ਵਿੱਚ ਜੋ, ਅਤੇ ਇੱਕ ਹੁਣੇ ਹੁਣੇ ਤੁਹਾਨੂੰ ਇਹ ਪਤਾ ਲੱਗਿਆ ਹੋਣਾ ਕਿ ਮੂਵੀ ਵੀ ਬਣ ਰਹੀ ਹੈ ਜੀ। ਸੂਬੇਦਾਰ ਜੋ ਜੋਗਿੰਦਰ ਸਿੰਘ ਸੀਗੇ ਉਹਨਾਂ ਦੀ ਜੀਵਨੀ ਨੂੰ ਲੈ ਕੇ ਇੱਕ ਮੂਵੀ ਬਣ ਰਹੀ ਹੈ ਜੀ, ਉਹਦੇ ਬਾਰੇ ਤੁਹਾਨੂੰ ਕਿਸੇ ਨੇ ਦੱਸਿਆ ਸੀਗਾ ਜੀ? ਨਹੀਂ, ਸਾਨੂੰ ਪਹਿਲਾਂ ਨਹੀਂ ਦੱਸਿਆ ਕਿਸੇ ਨੇ, ਉਸ ਤੋਂ ਬਾਅਦ ਹੁਣ ਸਾਡੀ ਗੱਲ ਹੋਈ ਆ। ਅੱਛਾ ਜੀ, ਹੁਣ ਤੁਹਾਡੀ ਮੂਵੀ ਵਾਲਿਆਂ ਨਾਲ ਗੱਲ ਹੋਈ ਹੈ ਜੀ? ਹਾਂਜੀ, ਮੂਵੀ ਬਣਾਉਂਦੇ ਜਿਹੜੀ ਉਹਨਾਂ ਨਾਲ ਗੱਲ ਹੋਈ ਹੈ। ਠੀਕ ਹੈ ਜੀ, ਕਿਹਦੇ ਨਾਲ ਗੱਲ ਹੋਈ ਹੈ, ਔਰ ਉਹਨਾਂ ਨੇ ਕੀ ਤੁਹਾਨੂੰ ਭਰੋਸਾ ਦਿੱਤਾ ਜਾਂ ਤੁਹਾਨੂੰ ਮਿਲਣ ਜਾਂ ਤੁਹਾਡੇ ਤੋਂ ਜਾਣਕਾਰੀ ਉਹਨਾਂ ਨੇ ਲਈ ਇਸ ਬਾਰੇ? ਸਾਡੀ ਗੱਲ ਹੋਈ ਇੱਕ ਤਾਂ ਭਵਿੱਖ ਆ, ਭਵਿੱਖ ਹਾਂਜੀ, ਇੱਕ ਗਿੱਪੀ ਗਰੇਵਾਲ ਸੀ ਨਾ ਗੱਲ ਹੋਈ ਆ। ਠੀਕ ਹੈ ਜੀ, ਗਿੱਪੀ ਗਰੇਵਾਲ ਦੇ ਨਾਲ ਗੱਲ ਹੋਈ, ਔਰ ਉਹਨਾਂ ਨੇ ਕੋਈ ਤੁਹਾਨੂੰ ਸਹਾਇਤਾ ਦਾ ਜਾਂ ਕੋਈ ਇਹਦਾ ਵੀ ਭਰੋਸਾ ਦਿੱਤਾ ਜੀ? ਹਾਂਜੀ ਦਿੱਤਾ ਭਰੋਸਾ, ਕਹਿੰਦੇ ਅਸੀਂ ਕਰਾਂਗੇ, ਜ਼ਰੂਰ ਤੁਹਾਡੀ ਸਹਾਇਤਾ ਕਰਾਂਗੇ, ਸਰਕਾਰ ਤੋਂ ਵੀ ਸਹਾਇਤਾ ਕਰਾਵਾਂਗੇ, ਬਾਕੀ ਸਾਡਾ ਮੁੰਡਾ ਨਹੀਂ ਠੀਕ ਰਹਿੰਦਾ, ਹਾਂਜੀ ਇਹਦਾ ਵੀ ਕਹਿੰਦੇ ਅਸੀਂ ਇਲਾਜ ਕਰਾਵਾਂਗੇ। ਠੀਕ ਹੈ, ਗਿੱਪੀ ਗਰੇਵਾਲ ਨੇ ਜੋ ਇਸ ਪਰਿਵਾਰ ਨਾਲ, ਮੂਵੀ ਵਾਲਿਆਂ ਨੇ ਜਾਂ ਆਪਾਂ ਕਹਿ ਦਈਏ ਪੂਰੀ ਟੀਮ ਨੇ, ਉਹਨਾਂ ਨੇ ਇਹ ਇਹਨਾਂ ਨੂੰ ਭਰੋਸਾ ਦਿਵਾਇਆ, ਇਹਨਾਂ ਨਾਲ ਜੋ ਵਾਅਦਾ ਕੀਤਾ ਕਿ ਉਹ ਇਲਾਜ ਵੀ ਕਰਾਉਣਗੇ ਔਰ ਵਿੱਤੀ ਸਹਾਇਤਾ ਵੀ ਕਰਨਗੇ, ਅੱਗੇ ਦੇਖਦੇ ਹਾਂ ਕਿ ਇਸ ਜੋ ਵਾਅਦੇ ਨੂੰ ਪੂਰਿਆ ਕੀਤਾ ਵੀ ਜਾਂਦਾ ਜਾਂ ਨਹੀਂ ਕੀਤਾ ਜਾਂਦਾ, ਇਹ ਅੱਗੇ ਦੀ ਗੱਲ ਹੈ। ਤੁਹਾਨੂੰ ਕਦੋਂ ਮਿਲਣ ਆਉਣਗੇ ਜੀ? ਇਹਨਾਂ ਤਾਂ ਦੱਸਿਆ ਨਹੀਂ ਹਜੇ, ਕਹਿੰਦੇ ਅਸੀਂ ਆਵਾਂਗੇ, ਹਾਂਜੀ 30 ਤਰੀਕ ਤੋਂ ਬਾਅਦ, 30 ਤਰੀਕ ਤੋਂ ਬਾਅਦ, ਹਾਂਜੀ ਫਿਲਮ ਤੋਂ ਪਹਿਲਾਂ। ਔਰ ਫਿਲਮ ਦੇ ਬਾਰੇ ਤੁਹਾਡੇ ਤੋਂ ਕੋਈ ਉਹਨਾਂ ਨੇ ਮਨਜ਼ੂਰੀ ਨਹੀਂ ਲਈ ਜੀ ਫਿਲਮ ਬਣਾਉਣ ਨੂੰ ਲੈ ਕੇ ਜੀ? ਨਹੀਂ ਸਰ, ਮਿਲੇ ਨਹੀਂ ਸਾਨੂੰ ਪਹਿਲਾਂ ਜੀ, ਕਿਉਂਕਿ ਕਰੈਕਟਰ ਹੁੰਦੇ ਆ ਜਿਹੜੇ ਕਰੈਕਟਰਾਂ ਦੇ ਬਾਰੇ ਜ਼ਿਆਦਾ ਜਾਣਕਾਰੀ ਉਹਨਾਂ ਦੇ ਪਰਿਵਾਰ ਨੂੰ ਹੁੰਦੀ ਹੈ ਜੀ, ਜਿਹੜੇ ਉਹਦੇ ਵਿੱਚ ਕਰੈਕਟਰ ਪਾਉਣੇ ਸੀ, ਤੁਹਾਡੇ ਹਸਬੈਂਡ ਦਾ ਕਰੈਕਟਰ ਹੋਏਗਾ ਜੀ, ਹੋਰ ਵੀ ਹੋਏਗਾ ਕਰੈਕਟਰ, ਜਿਹੜੇ ਤੁਹਾਡੀ ਨਨਾਣ ਜਾਂ ਕੋਈ ਵੀ ਕਰੈਕਟਰ ਹੋਣਗੇ ਜੀ, ਉਹਨਾਂ ਬਾਰੇ ਜਾਣਕਾਰੀ ਤੁਹਾਡੇ ਤੋਂ ਵੀ ਲੈਣੀ ਬਣਦੀ ਸੀ, ਉਹਨਾਂ ਨੇ ਕੋਈ ਜਾਣਕਾਰੀ ਨਹੀਂ ਲਈ? ਹਾਂਜੀ ਨਹੀਂ ਲਈ ਸਾਤ ਕੋਈ ਜੀ। ਇਸ ਤੋਂ ਪਹਿਲਾਂ ਵੀ ਇੱਕ ਸੀਰੀਅਲ ਬਣਿਆ ਜੀ, ਉਹਦੇ ਤੋਂ ਤੁਹਾਨੂੰ ਕੋਈ ਮਦਦ ਮਿਲੀ ਉਹਨਾਂ ਤੋਂ ਜਾਂ ਇੱਕ ਗੁਰਦਾਸ ਮਾਨ ਸਾਹਿਬ ਨੇ ਜੋ ਉਹਦੇ ਵਿੱਚ ਐਕਟਿੰਗ ਕੀਤੀ ਹੈ? ਇਸ ਤੋਂ ਪਹਿਲਾਂ ਵੀ ਸੂਬੇਦਾਰ ਜੋਗਿੰਦਰ ਸਿੰਘ 'ਤੇ ਡਾਕੂਮੈਂਟਰੀ ਬਣ ਚੁੱਕੀ ਹੈ ਜੀ, ਉਸ ਡਾਕੂਮੈਂਟਰੀ ਦੇ ਵਿੱਚ ਉਹਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਜੋ ਜ਼ਿੰਦਗੀ ਬਾਰੇ ਬਹੁਤ ਤੱਥ ਸਾਹਮਣੇ ਲਿਆਂਦੇ ਹੈ, ਪਰ ਉਹਦੇ ਵਿੱਚੋਂ ਵੀ ਆਪਾਂ ਜਾਣਕਾਰੀ ਇਹਨਾਂ ਤੋਂ ਲਵਾਂਗੇ ਕਿ ਉਹਦੇ ਵਿੱਚੋਂ ਵੀ ਇਹਨਾਂ ਨੂੰ ਕੋਈ ਮਦਦ ਮਿਲੀ ਜਾਂ ਨਹੀਂ ਮਿਲੀ ਜੀ? ਉਹਦੇ 'ਚ ਸਾਨੂੰ ਨਹੀਂ ਕੋਈ ਮਦਦ ਮਿਲੀ, ਸਾਡੀ ਮਾਤਾ ਨੂੰ ਮਿਲੀ ਬਸ, ਜਿਹੜੀ ਮਦਦ ਮਿਲੀ ਹੈ ਉਹ ਮਾਤਾ ਸੀਗੀ। ਠੀਕ ਹੈ ਜੀ, ਹਾਂਜੀ ਉਹਨੂੰ ਮਦਦ ਮਿਲੀ, ਸਾਨੂੰ ਨਹੀਂ ਮਿਲੀ ਕੋਈ ਜੀ। ਔਰ ਸੂਬੇਦਾਰ ਜੋਗਿੰਦਰ ਸਿੰਘ ਨਾਲ ਜੁੜੀ ਕੋਈ ਤੁਹਾਡੇ ਹਸਬੈਂਡ ਨੇ ਕੋਈ ਹੋਰ ਤੁਹਾਨੂੰ ਜਾਣਕਾਰੀ ਦੱਸਿਆ ਹੋਵੇ ਜਾਂ ਕੋਈ ਪੁਰਾਣੀ ਯਾਦ ਹੋਵੇ ਜੀ ਉਹਦੇ ਬਾਰੇ ਤੁਹਾਨੂੰ ਦੱਸਿਆ ਹੋਵੇ ਜੀ ਉਹ ਵੀ? ਹਾਂਜੀ ਯਾਦਾਂ ਤਾਂ ਹਾਂ ਵੀ ਬਹੁਤ ਸੀ, ਹੁਣ ਚੇਤਾ ਭੁੱਲ ਜਾਂਦਾ, ਗੱਲਾਂ ਦਾ ਗੱਲਾਂ ਤਾਂ ਬਹੁਤ ਕਰਦੇ ਸੀ, ਬਹੁਤ ਚੰਗੇ ਬੰਦੇ ਸੀਗੇ, ਹੋਰ ਵੀ ਠੀਕ ਹੈ ਜੀ, ਬਹੁਤ ਕੁਛ ਕਰਦੇ ਸੀ ਭੈਣ ਭਰਾਵਾਂ ਲਈ ਵੀ, ਧੀਆਂ ਪੁੱਤਾਂ ਲਈ ਜੀ। ਤੁਹਾਨੂੰ ਜੋ ਤੁਸੀਂ ਉਸ ਟਾਈਮ 'ਤੇ ਮਲੇਸ਼ੀਆ ਰਹਿ ਰਹੇ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਹ ਮੂਵੀ ਬਣ ਰਹੀ ਹੈ, ਔਰ ਤੁਸੀਂ ਇਹ ਮੂਵੀ ਵਾਲਿਆਂ ਤੱਕ ਕਿੱਦਾਂ ਅਪਰੋਚ ਕੀਤੀ ਔਰ ਕਿੱਦਾਂ ਪਹੁੰਚ ਕਰਕੇ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਔਰ ਕੀ ਉਹਨਾਂ ਨੇ ਤੁਹਾਨੂੰ ਭਰੋਸਾ ਦਿਵਾਇਆ? ਹਾਂਜੀ ਮੈਂ ਮਲੇਸ਼ੀਆ ਸੀ, ਮੈਨੂੰ ਮਲੇਸ਼ੀਆ ਦੇ ਵਿੱਚ ਪਤਾ ਲੱਗਿਆ ਕਿ ਮੂਵੀ ਬਣ ਰਹੀ ਹੈ, ਹਾਂਜੀ ਤਾਂ ਉਸ ਟਾਈਮ 'ਤੇ ਫਿਰ ਮੈਂ ਇੱਥੇ ਇੰਡੀਆ ਆ ਕੇ ਅਤੇ ਮੈਂ ਫੇਸਬੁੱਕ ਰਾਹੀਂ ਕੰਟੈਕਟ ਕੀਤਾ, ਗੁੱਪੀ ਗਰੇਵਾਲ ਦਾ ਨੰਬਰ ਲਿਆ, ਫਿਰ ਉਸ ਤੋਂ ਬਾਅਦ ਅਸੀਂ ਕਾਲ ਵੀ ਕੀਤੀ ਇੱਕ ਦੋ ਵਾਰ, ਹਾਂਜੀ ਤਾਂ ਉਹਨਾਂ ਨੇ ਆਨਸਰ ਨਹੀਂ ਕੀਤਾ, ਅੱਗੋਂ ਫੋਨ ਕਿਸੇ ਹੋਰ ਨੇ ਆਨਸਰ ਕੀਤਾ, ਉਹਨਾਂ ਨੇ ਕਿਹਾ ਵੀ ਗਿੱਪੀ ਨਾਲ ਗੱਲ ਨਹੀਂ ਹੋ ਸਕਦੀ। ਉਸ ਤੋਂ ਬਾਅਦ ਮੈਂ ਵਾਇਸ ਮੈਸੇਜ ਕਰਿਆ ਉਹਨਾਂ ਨੂੰ,
फिर वॉइस मैसेज का जवाब मैं उन्होंने दिता कि मैं उन्होंने दसिया कि मैं करके सूबेदार जोगिंदर सिंह की कोती हाँ भी असं तेरे गल करनी चाहते मिलना चाहते थोड़ा ठीक है फिर उन्होंने उस गल का मैनू जवाब दिता फिर गल फोन करके फोन पर गल करी उन्होंने ये कहा कि असी तुम बहुत लभ्या तुम सू नहीं मिले जिन्हों भी असी पूछा उन्हें यही गल कही कि वो इतने है नहीं गे दोस्तों बड़े अचरज की गल है कि एक बहुत ही महान बंदे तो जिदा आप कह दिए शहीद से फिल्म बन रही है और उन्होंने परिवार की पुछगिछ भी नहीं की जाती उन्होंने परिवार तक पहुँच भी नहीं की जाती और उन्होंने परिवार को कह रहे कि सानू तुसी मिले नहीं भावें जिथे भी सी उन्हों का परिवार उन्हों तक पहुँच करनी बनती सी तुसीं ये भी दस्या कि 1.5 साल तो तुसीं इत्थे सी जी 1.5 साल तो तुसीं इत्थे रह रहे सीगे फिर भी उन्होंने अप्रोच नहीं की तुहाडे तक ते तुहानू लगता है कि अप्रोच करनी चाहीदी सी जी हम असं भी असी अक्सर फैमिली मैंबर साढ़े नाल गल करनी पुछना कुछ भी सी सानू उन्हां बारे चलो ठीक है उन्हां दी असी नहीं सी उस टाइम ते सानू उन्हां जीवनी बारे नहीं पता पर फिर भी उन्हां दा हक बनदा सी आके मम्मी नाल मिलदे गल करदे कुछ तां गल हुंदी है जिहड़ी इन्हां नूं पता होऊगी हां जी हां क्योंकि साढ़े फादर साहब कोई तां गल इन्हां नाल करदे होणगे ते साढ़े फादर साहब दे बारे भी उन्होंने विच कुछ पाया होगा इन्हां तों उन्हां बारे भी कुछ ना कुछ पुछदे हां जी हुण उह तां नहीं रहि गए चलो कोई भी नहीं हैगा पर इन्हां दा हक सीगा आके पुछदे फैमिली बारे पुछदे ते विच कुछ ना कुछ साढ़े बारे भी शो कर दे जी जी हाँ जी साढ़े नाल ने जी नैब सूबेदार जो निछत्र सिंह इसे पिंड दे आलम वाला दे ने उन्हां तो भी आपां थोड़ी जी जानकारी लवांगे सूबेदार जोगिंदर सिंह दे बारे विच और सर तुसी दसो जी कि जदों तुसी फौज विच सी उदों भी सूबेदार जोगिंदर सिंह दा नाम लैंदे होणगे फौज दे विच और किन्ना कु माण महसूस करदे सी तुसी मैं 1962 दे विच भर्ती होया जी जो इन्हां दा ऑपरेशन सी साडे भर्ती होण तो पहला करीब 6-7 महीने हो चुके सी जदों इन्हां दी गल्लां सी फौज च सुणदे सी बैठ के कट्ठे ते उह आंदे सी वी माले दा सूबेदार जोगिंदर सिंह नूं परमवीर चक्कर मिला बहुत इन्हां ने बड़ी बहादुरी विखाई है सानूं इह सुण के सारे करीब करीब फौज वालियां नूं प्रभाव हुंदा सी कि बहादुरी इस तरह हर इक विखाउण दा हर इक जवान नूं चाहीदा ते उस मौके दे उत्ते किसी बंदे नूं पछा नहीं हटना चाहीदा जिवें कि जोगिंदर सिंह दा नाम अज बहुत उच्चा इस तरह बहादुरी दिखाउण दा नाम हमेशा उच्चा ही रहिंदा जी और पिछले दिन जी एक तुहाडी खबर भी लगी सी जी जो सूबेदार जोगिंदर सिंह दे जीवनी बारे जां उन्होंने कहा कि उन्हां दा परिवार जो इत्थे आलम वाला रह रहा आलम वाला एक होर दोस्तों दस देवां कि अपनी बेटी दे कोल रह रहे ने जो सूबेदार जोगिंदर सिंह दी नूंह ने वो अपनी बेटी कोल रह रहे ने इत्थे आलम वाला दे विच वैसे माला कला तो ने और वो इस वक्त आलम वाला विच रह रहे ने पहला वो मलेशिया सीगे 1.5 साल तो इत्थे वापस आए ने और तुसी उस खबर का की असर होया और खबर तो बाद तुसी उहदे बारे कोई डीसी नूं पत्र मंग पत्र भी दिता सीगा जी हाँ जी असी डीसी नूं मुख्यमंत्री नूं हाँ जी पत्र कढे आ जी जी मंग पत्र डीसी ने तो उस पत्र का हजे तक कोई जवाब नहीं सानूं हले तक कोई साडे नाल कोई गल नहीं होई हैगी हाँ जी ते 2 दिन पहलां एक फोन आया सी मोगे तों उन्होंने कहा सी असी आके तुहानूं मिलना हले तक तो 2-3 दिन हो गया उन्होंने भी कोई आके सानू कोई मिले नहीं गया कोई साढ़े नाल गल नहीं की कोई साड़ी सुनवाई नहीं होती गई हाँ जी 2-3 बार खबर दे चुके हैं असी जी दोस्तों PM CM राष्ट्रपति इन्हां सारियां जो वड्डियां आपां कह दईए हस्तियां नूं इन्हां ने मंग पत्र कढे ने पर फिर भी इन्हां दा कोई बांह फड़न नूं तैयार नहीं पर असी उम्मीद करदे हां कि साडी इक तुच्छ जी कोशिश दे नाल जे इन्हां दा कुछ पुछगिछ हुंदी है कोई मदद हुंदी है तां असी अपने आप नूं बहुत भागां वाले मन्नांगे कि साडे आउण नाल इन्हां नूं कोई मदद होई है 26 जनवरी 15 अगस्त नूं कोई प्रोग्राम हुंदे आ उदों तुहानूं सद्दे पत्र भी आंदे आ ते उदों तुहानूं मान सम्मान कुछ कीता जांदा जां नहीं कीता जांदा कोई सम्मान करदे जी ਹਾਂਜੀ ਉਦੋਂ ਬੁਲਾ ਕੇ ਫਿਰ ਤੁਹਾਨੂੰ ਉੱਥੇ ਬੁਲਾਇਆ ਨਹੀਂ ਜਾਂਦਾ ਉੱਪਰ ਜਦੋਂ ਸੱਦਾ ਪੱਤਰ ਆਇਆ ਤਾਂ ਨਹੀਂ ਬੁਲਾਇਆ ਜਾਂਦਾ ਸਾਨੂੰ ਅੱਛਾ ਜੀ ਉੱਥੇ ਥੱਲੇ ਕਹਿ ਦਿੰਦੇ ਇੱਥੇ ਬਹਿ ਜਾਓ ਅੱਛਾ ਠੀਕ ਹੈ ਜੀ ਯਾਨੀ ਕਿ ਸਰਕਾਰ ਵੱਲੋਂ ਇੱਕ ਵਾਰ ਸੱਦਾ ਪੱਤਰ ਜ਼ਰੂਰ ਦਿੱਤਾ ਜਾਂਦਾ ਪਰ ਮੋਹਰੇ ਪੁਲਿਸ ਵਾਲੇ ਹੁੰਦੇ ਉਹ ਨਹੀਂ ਲੰਘਣ ਦਿੰਦੇ ਗਾ ਜੀ ਅਤੇ ਤੁਸੀਂ ਦੱਸਿਆ ਵੀ ਹੋਣਾ ਵੀ ਸਰਕਾਰ ਅਸੀਂ ਸੂਬੇਦਾਰ ਲੈ ਕੇ ਜਾਂਦੇ ਹਾਂ ਕਾਰਡ ਦਿੱਤਾ ਹੁੰਦਾ ਸਾਡੇ ਨਾਲ ਹੁੰਦਾ ਇਹ ਅੱਛਾ ਜੀ ਨਾਲ ਲੈ ਕੇ ਜਾਂਦੇ ਫਿਰ ਵੀ ਉਹ ਤੁਹਾਨੂੰ ਜੋ ਅੱਗੇ ਨਹੀਂ ਪਹੁੰਚਣ ਦਿੰਦੇ ਫਿਰ ਵੀ ਅੱਗੇ ਨਹੀਂ ਪਹੁੰਚਣ ਦਿੰਦੇ ਠੀਕ ਹੈ ਜੀ 26 ਜਨਵਰੀ ਨੂੰ ਆਇਆ ਨਾ 23 ਅਕਤੂਬਰ ਨੂੰ ਨਹੀਂ ਆਇਆ ਜੀ ਇਹ ਦੱਸੋ ਜੀ ਤੁਸੀਂ ਕਿ ਤੁਹਾਨੂੰ ਮਾਲਾ ਕਲਾਂ ਤੋਂ ਜਿਹੜਾ ਇੱਥੇ ਛੱਡ ਕੇ ਆਏ ਹੋ ਤੁਸੀਂ ਆਲਮ ਵਾਲਾ ਦੇ ਵਿੱਚ ਇਹਦੇ ਪਿੱਛੇ ਕੀ ਕਾਰਨ ਰਿਹਾ ਜੀ ਇਹਦੇ ਪਿੱਛੇ ਕਾਰਨ ਆ ਜਿਹੜੇ ਜਿੱਥੇ ਸਾਡਾ ਘਰ ਪਾਇਆ ਸੀ ਮਾਤਾ ਨੇ ਉਹ ਘਰ ਸਾਡੇ ਵੱਡੇ ਵਡੇਰਿਆਂ ਨੇ ਗੁਰਦੁਆਰੇ ਨੂੰ ਦਾਨ ਕੀਤਾ ਸੀ ਜੀ ਹਾਂਜੀ ਉੱਥੇ ਇਹਨਾਂ ਨੇ ਧੱਕੇ ਨਾਲ ਘਰ ਪਾ ਲਿਆ ਪੁਲਿਸ ਲਿਆ ਕੇ ਠੀਕ ਹੈ ਜੀ ਉਹ ਘਰ ਤੋਂ ਹੀ ਸਾਨੂੰ ਸਾਰਾ ਕੁਛ ਬਸ ਅਸੀਂ ਜੜ ਗਏ ਜਿਵੇਂ ਸਾਡੇ ਕੁਛ ਨਹੀਂ ਰਿਹਾ ਪਹਿਲਾਂ ਤਾਂ ਪਾਪੇ ਹੁਣੀ ਬਾਹਰ ਰਹਿ ਗਏ ਉਸ ਤੋਂ ਬਾਅਦ ਇਹ
ਉਹਨਾਂ ਦਾ ਪੋਤਾ, ਉਹ ਤੋਂ ਬਾਅਦ ਪੋਤਾ, ਤਿੰਨ ਮੌਤਾਂ ਹੋ ਗਈਆਂ ਸਾਡੀ ਉਸ ਘਰ ਦੇ ਘਰ ਦੇ ਕਾਰਨ ਕਾਰਨ ਹੀ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਅਸੀਂ ਘਰ ਵੀ ਹੁਣ ਗੁਰਦੁਆਰੇ ਨੂੰ ਛੱਡ ਦਿੱਤਾ ਜੀ, ਸਾਡੇ ਕੋਲ ਕੁਛ ਰਿਹਾ ਨਹੀਂ। ਹੁਣ ਜਿਹੜਾ ਤੀਜਾ ਇਹ ਆ, ਇਹ ਵੀ ਹੁਣ ਬਿਮਾਰ ਰਹਿੰਦਾ ਆ, ਠੀਕ ਨਹੀਂ ਰਹਿੰਦਾ, ਕੰਮ ਨਹੀਂ ਕਰ ਸਕਦਾ ਇਹ। ਇਹਦੀਆਂ ਲੱਤਾਂ ਦੇਖੋ ਕਿਵੇਂ ਆ ਜੀ, ਬਹੁਤ ਬੁਰੀ ਹਾਲਤ ਹੈ ਇਹਦੀ। ਇੱਕ ਅੱਖਾਂ ਤੋਂ ਨਹੀਂ ਜੀਂਦਾ, ਇੱਕ ਬਸੀਰ ਬਹੁਤ ਜ਼ਿਆਦਾ ਆ ਜੀ ਜੀ, ਕਿਸੇ ਤਰ੍ਹਾਂ ਦਾ ਵੀ ਜਾਣੀ ਕੰਮ ਨਹੀਂ ਕਰ ਸਕਦਾ ਜੀ, ਅਤੇ ਬੇਰੁਜ਼ਗਾਰੀ ਦੇ ਹਿਸਾਬ ਨਾਲ ਅਸੀਂ ਜਾਣੀ ਆਪਣਾ ਘਰ ਛੱਡਿਆ। ਤੁਹਾਡੇ ਜੋ ਸਹੁਰਾ ਸਾਹਿਬ ਸੂਬੇਦਾਰ ਜੋਗਿੰਦਰ ਸਿੰਘ, ਉਹਨਾਂ ਦੇ ਇਕਲੌਤੇ ਬੇਟੇ ਸੀਗੇ ਜਿਹੜੇ, ਇੱਕੋ ਇੱਕ ਤੁਹਾਡੇ ਹਸਬੈਂਡ ਜੀ, ਹਾਂਜੀ, ਉਹਨਾਂ ਦਾ ਨਾਮ ਅਮਰਜੀਤ ਸਿੰਘ। ਇੱਕ ਜੀ ਜਿਹੜਾ ਹੈਗਾ ਮੂਵੀ ਵਾਲੇ ਜਿਹੜੇ, ਜਿਨ੍ਹਾਂ ਨਾਲ ਆਪਾਂ ਪਹਿਲਾਂ ਹੁਣੇ ਜਿਨ੍ਹਾਂ ਬਾਰੇ ਗੱਲ ਕਰ ਰਹੇ ਸੀਗੇ, ਉਹਨਾਂ ਤੱਕ ਤੁਸੀਂ ਅਪਰੋਚ ਕੀਤੀ, ਕਦੋਂ ਅਪਰੋਚ ਕੀਤੀ ਜੀ ਉਹਨਾਂ ਨਾਲ? ਉਹਨਾਂ ਨਾਲ ਸਾਡੀ ਲਗਭਗ 15-20 ਦਿਨ ਪਹਿਲਾਂ ਗੱਲ ਹੋਈ ਸੀ ਇੱਕ ਵਾਰ। ਅਤੇ ਉਹਨਾਂ ਨੇ ਕੋਈ ਐਗਜੈਕਟ ਡੇਟ ਦਿੱਤੀ ਤੁਹਾਨੂੰ ਵੀ ਕਦੋਂ ਮਿਲਾਂਗੇ ਜੀ? ਨਹੀਂ ਜੀ, ਡੇਟ ਕੋਈ ਨਹੀਂ ਸਾਨੂੰ ਦਿੱਤੀ ਗਈ, ਲੇਕਿਨ ਉਹਨਾਂ ਨੇ ਕਿਹਾ ਕਿ 6 ਅਪ੍ਰੈਲ ਨੂੰ ਫਿਲਮ ਰਿਲੀਜ਼ ਹੋਣੀ ਆ, ਉਸ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਜੀ ਜੀ। ਬਾਕੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿੰਨੀ ਵੀ ਹੋਈ ਅਸੀਂ ਮਦਦ ਕਰਾਂਗੇ, ਪਰ ਹੁਣ ਕੁਛ ਕਹਿ ਨਹੀਂ ਸਕਦੇ ਵੀ ਕੀ ਮਦਦ ਕਰਨਗੇ ਜੀ ਜਾਂ ਕੀ ਨਹੀਂ ਕਰਨਗੇ ਜੀ। ਜਿੱਦਾਂ ਤੁਸੀਂ ਇਹ ਕਹਿ ਰਹੇ ਹੋ, ਇਹ ਤਾਂ ਤੁਹਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਹੀ ਸੀ ਨਾ ਵੀ ਇਹਨਾਂ ਦਾ ਬ੍ਰਦਰ ਜੋ ਤੁਹਾਡੇ, ਇਹਨਾਂ ਦੇ ਕੋਈ ਇਲਾਜ ਕਰਵਾਉਣਗੇ ਜੀ, ਇਹ ਕੀਤਾ? ਹਾਂਜੀ, ਇਹ ਉਹਨਾਂ ਨੇ ਕਿਹਾ ਸੀਗਾ ਸਾਨੂੰ। ਅੱਛਾ ਜੀ। ਕਿਉਂਕਿ ਮਦਰ ਨੇ ਕਿਹਾ ਸੀਗਾ ਵੀ ਬਿਮਾਰ ਰਹਿੰਦਾ ਅਤੇ ਵੀ ਮੈਨੂੰ ਮੁਸ਼ਕਲ ਆ ਵੀ ਮੈਂ ਬੇਟੀ ਕੋਲ ਬੈਠੀ ਸਾਰਾ ਕੁਛ ਮੈਂ ਨਹੀਂ ਕੁਛ ਹੋ ਸਕਦਾ ਇਹਨਾਂ ਕੋਲ। ਠੀਕ ਹੈ। ਤਾਂ ਉਹਨੇ ਕਿਹਾ ਸੀਗਾ ਕੋਈ ਨਹੀਂ ਅਸੀਂ ਵੀ ਇਹਦਾ ਇਲਾਜ ਕਰਵਾਵਾਂਗੇ, ਤੁਸੀਂ ਜਿੱਥੇ ਦਾਖਲ ਕਰਵਾਉਣਾ ਕਰਵਾ ਲਓ, ਅਸੀਂ ਇਲਾਜ ਕਰਵਾ ਦਾਂਗੇ। ਠੀਕ ਹੈ ਜੀ। ਦੋਸਤੋ, 1 ਕਰੋੜਾਂ ਦੇ ਬਜਟ ਦੀ ਮੂਵੀ ਬਣ ਰਹੀ ਹੈ, ਅਤੇ ਉਹ ਜੇ ਇਹਨਾਂ ਦੀ ਕੋਈ ਮਦਦ ਕਰ ਵੀ ਦੇਣਗੇ, ਬਹੁਤ ਹੈਲਪ ਹੋਵੇਗੀ ਇਹਨਾਂ ਨੂੰ, ਬਹੁਤ ਹੈਲਪ ਹੋਵੇਗੀ, ਮਦਦ ਹੋ ਜਾਵੇਗੀ, ਪਰ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਹੈ। ਔਰ ਇੱਕ ਗੱਲ ਹਮੇਸ਼ਾ ਰੜਕਦੀ ਰਹੇਗੀ ਕਿ ਉਹਨਾਂ ਨੇ ਇਸ ਮੂਵੀ ਨੂੰ ਬਣਾਉਣ ਤੋਂ ਪਹਿਲਾਂ ਜੋ ਇਹਨਾਂ ਤੋਂ ਇੱਕ ਵਾਰ ਵੀ ਪੁੱਛਿਆ ਨਹੀਂ ਹੈਗਾ, ਇਹਨਾਂ ਤੋਂ ਇੱਕ ਵਾਰੀ ਵੀ ਜਾਣਕਾਰੀ ਨਹੀਂ ਲਈ, 1.5 ਸਾਲ ਤੋਂ ਇੱਥੇ ਰਹਿ ਰਹੇ ਨੇ। ਦੂਸਰੀ ਵੱਡੀ ਗੱਲ ਦੋਸਤੋ, ਮੈਂ ਇਹ ਕਹਿਣਾ ਚਾਹੂੰਗਾ ਕਿ ਇੱਕ ਸੂਬੇਦਾਰ ਜੋਗਿੰਦਰ ਸਿੰਘ ਜੋ ਆਪਣੇ ਦੇਸ਼ ਲਈ ਸ਼ਹੀਦ ਹੋ ਗਏ, ਉਹਨਾਂ ਦੇ ਪਰਿਵਾਰ ਨੂੰ ਆਪਣਾ ਹੀ ਦੇਸ਼ ਛੱਡ ਕੇ ਵਿਦੇਸ਼ 'ਚ ਰੋਟੀ ਕਮਾਉਣ ਦੀ ਦਿੱਕਤ ਆਈ ਹੈ, ਵਿਦੇਸ਼ 'ਚ ਜਾਣਾ ਪਿਆ ਰੋਟੀ ਕਮਾਉਣ ਦੇ ਵਾਸਤੇ, ਕਿੱਦਾਂ ਤੁਸੀਂ ਗਏ ਜੀ? ਮੈਂ ਕੈਸ਼ੀਅਰ ਦਾ ਕੰਮ ਕਰਦੀ ਸੀਗੀ ਕੱਪੜੇ ਦੁਕਾਨ 'ਤੇ। ਠੀਕ ਹੈ ਜੀ। ਹਾਂਜੀ, ਮੈਂ 13 ਸਾਲ ਉੱਥੇ ਇੱਕ ਜਗ੍ਹਾ ਹੀ ਕੰਮ ਕਰਕੇ ਆਈ ਹਾਂ, 13 ਸਾਲ ਤੋਂ ਮੈਂ ਉੱਥੇ ਹੀ ਕੰਮ ਕਰ ਰਹੀ ਸੀ ਜੀ। ਸਰਕਾਰਾਂ ਤੱਕ ਇਹਨਾਂ ਨੇ ਬਹੁਤ ਪਹੁੰਚ ਕੀਤੀ ਹੈ, ਸਰਕਾਰਾਂ ਨੂੰ ਇਹ ਘੱਟੋ ਘੱਟ ਚਾਹੀਦਾ ਕਿ ਇੱਕ ਸੂਬੇਦਾਰ ਜੋਗਿੰਦਰ ਸਿੰਘ ਜੋ ਬਹੁਤ ਮਹਾਨ ਹਸਤੀ ਹੋਈ ਹੈ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਘੱਟੋ ਘੱਟ ਇੱਕ ਨੌਕਰੀ ਦੇ ਸਕਦੇ ਹੈ। ਰਾਸ਼ਟਰਪਤੀ ਨੂੰ ਇਹਨਾਂ ਨੇ, PM ਨੂੰ, CM ਨੂੰ, ਸਾਰਿਆਂ ਨੂੰ ਇਹਨਾਂ ਨੇ ਚਿੱਠੀਆਂ ਕੱਢੀਆਂ, ਪਰ ਕਿਸੇ ਨੇ ਕਿਸੇ ਵੀ ਅਦਾਰੇ ਵੱਲੋਂ, ਕਿਸੇ ਵੀ ਸੰਸਥਾ ਵੱਲੋਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਤੁਸੀਂ ਸਰਕਾਰੀ ਅਦਾਰਿਆਂ ਤੱਕ ਪਹੁੰਚ ਕੀਤੀ ਜੀ, ਸਰਕਾਰ ਦੇ ਜੋ DC ਨੂੰ ਤੁਸੀਂ ਮੰਗ ਪੱਤਰ ਦਿੱਤੇ, ਬਹੁਤ ਅਗਾਂਹ ਤੱਕ ਤੁਸੀਂ PM ਨੂੰ, CM ਨੂੰ ਪੱਤਰ ਦਿੱਤੇ, ਇਹਨਾਂ ਦੇ ਵਿੱਚ ਤੁਹਾਡੀ ਕਿਹੜੇ ਕਿਹੜੇ ਲੋਕਾਂ ਨੇ ਜਿਹੜੀ ਮਦਦ ਕੀਤੀ? ਸਾਡੀ ਮਦਦ ਕੀਤੀ ਇੱਕ ਹਰਜਿੰਦਰ ਸਿੰਘ ਕੋਟਲਾ ਵੀਰ ਜੀ, ਇਹਨਾਂ ਨੇ ਮਦਦ ਕੀਤੀ, ਅਤੇ ਪਿੰਡ ਦੇ ਸਰਪੰਚ ਆ, ਸਾਬਕਾ ਸਰਪੰਚ ਪਰਮਜੀਤ ਸਿੰਘ ਆਦੀਵਾਲ ਜੀ, ਉਹਨਾਂ ਨੇ ਸਾਡੀ ਮਦਦ ਕੀਤੀ ਜੀ, ਅਤੇ ਵੀਰ ਜੀ ਕੋਮਲ ਵੀਰ ਜੀ ਆ, ਇਹਨਾਂ ਨੇ ਵੀ ਸਾਡੀ ਗੱਲਬਾਤ ਕੀਤੀ, ਇਹਨਾਂ ਨੇ ਵੀ ਸਾਡੀ ਮਦਦ ਕੀਤੀ, ਸਾਨੂੰ ਦੱਸਿਆ। ਠੀਕ ਹੈ ਜੀ। ਹਾਂਜੀ ਜੀ, ਅਸੀਂ ਦੋਸਤੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦੇ ਪਰਿਵਾਰ ਦਾ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ, ਸਾਨੂੰ ਆਪਣੀ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ, ਔਰ ਜਿਨ੍ਹਾਂ ਨੇ ਸਾਡੀ ਇਹਨਾਂ ਨਾਲ ਮੁਲਾਕਾਤ ਕਰਵਾਈ ਹੈ, ਨਾਇਬ ਸੂਬੇਦਾਰ ਨਛੱਤਰ ਸਿੰਘ ਜੀ ਦਾ, ਰਜਿੰਦਰ ਸਿੰਘ ਕੋਟਲਾ ਜੀ ਦਾ, ਔਰ ਸੁਖਜਿੰਦਰ ਸਿੰਘ ਪੱਤਰਕਾਰ ਜੀ ਦਾ, ਔਰ ਲਖਵੀਰ ਸਿੰਘ ਕੋਮਲ ਜੋ ਲੇਖਕ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਸੀਨ ਤੋਂ ਸਕਰੀਨ ਤੱਕ ਇੱਕ ਸਾਰਤਾ, ਤੁਸੀਂ ਦੇਖ ਰਹੇ ਸੀ ਤੁਹਾਡਾ ਆਪਣਾ ਚੈਨਲ ਫਿਲਮ ਵਾਰ। ਔਰ ਦੋਸਤੋ, ਇੱਕ ਹੋਰ ਚੀਜ਼, ਆਪਣਾ ਚੈਨਲ ਜਿਹੜਾ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣਾ ਚੈਨਲ ਹੁਣੇ ਸਬਸਕ੍ਰਾਈਬ ਕਰ ਲਓ, ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਵੀ ਮਿਲਦੀਆਂ ਰਹਿਣ।